हेलो जी, सुबह बखैर। गुड मॉर्निंग, गुड मॉर्निंग, गुड मॉर्निंग। सुबह का आगाज़ अज होया वा कि मुहर्रम चल रहे हैं। पहले कब्रिस्तान जा रहे हैं, अभी सवेरे सवेरे उठ के एक कबर पक्की करवानी है। वो दे वास्ते सीमेंट की बोरी मगर सिटी मोटरसाइकिल ते इटा उटा भी उतों ही पहुँचा देनियाँ पर थोड़िया जी इटा चाहिए जड़िया कि मेरे मोटरसाइकिल ते चल जानियाँ। तो रेत भी उतों इस गट्टू च पा के मैं फड़ा देनी है मिस्त्री नूं। अज यह काम करना पहले तो मॉर्निंग टाइम। सीमेंट की बोरी सिट के आया तो हूँ चकूँगा रेत। हवेली एक नहर पई है, ये इदा लोग खड्डे मार लेंगे तो फिर इदा रेत चुकते पूरी सफाई नाल बेहतरीन करके। जनाब इटा पहुँचा दतिया ने, सीमेंट पहुँचा दिता, रेत पहुँचा दिती है। तो हूँ सवेरे सवेरे जनाब लगड़ियाल साहब के मत्थे लगा इधरों आ के ते बिल बनाते बैठे ने। तो मैं देखा बिल छेती आने लग पाए हूँ अगे नो पता नहीं महीने छोटे हो गए ने, महीने छोटे हो गए जो साड़ी जेब तंग हो गई है। पता नहीं की बनेगा। मियाँ तो बीबी सानू रल मिल के चाची भतीजी लै गए सिर साडा। तो हूँ तो वटा भी जिमीदार विंगियां कढ़न लग पे, पता नहीं की गल लत्तां विंगियां हो गई इन्हां दीआं जां नज़र टेढ़ी हो गई। कोई समझ नहीं आउंदी हैगी, कोई खाता नहीं जिवें वाल लावे उवें ही करनी है। नहीं हुण खाता ही नहीं, हुण टेढ़ियां बेड़ियां है, हुण इन्हां टेढ़ी भी सीधी नज़र आउंदी है। कहिंदे बस ठीक है जी, अजी इह निकल गए। नहीं तां अगे राह जांदे किसे बंदे नूं फोन करके कहिंदे वटां इवें कढ़ींदियां, खेलां इवें कढ़ींदियां। हुण नहीं कहिंदे, हुण नहीं कुसकदे, ਹੁਣ ਕਹਿੰਦੇ ਵੀ ਸ਼ੁਕਰ ਆ ਨਿਕਲ ਆਈਆਂ ਜਿਵੇਂ ਔਖੀਆਂ ਸੌਖੀਆਂ ਨੇ ਕੱਢ ਲਈਆਂ। ਬਾਕੀ ਲਗੜਿਆਲ ਸਾਹਿਬ ਆਪਾਂ ਇੱਧਰ ਨੂੰ 11:30 ਵਜੇ ਚੱਲਣਾ ਵੀ ਅੱਜ। ਹਾਂ ਹਾਂ ਆਪਾਂ ਕੱਟਾ ਹੈ ਫੇ ਕੱਟੇ ਤੇ ਕਿਹ ਖਾਣਾ ਤੂੰ ਕੱਟਾ ਕੱਟਾ ਹਾਂ ਬੇਲ ਬਣਾ ਲਈਏ। ਹਾਂ ਛੱਡਾ ਜਿਹਾ ਮਿਸਤਰੀ ਲੱਭਾ ਆ ਅੱਜ ਡਿਬੇਟ ਦੇਵੇ ਟਾਈਮ ਨਾਲ ਆਪਾਂ ਨੂੰ। ਚਾਰ ਲੱਖ 5,216, 5,65,894, 2,36,000, 1,38,000, 1,47,000, 1,17,000, 88,580, 5,65,000, 2,03,000। ਇਹ ਬਿੱਲ ਨੇ ਜਨਾਬ ਆ ਰਹੇ। ਇਹ ਬੜਾ ਹਾਲਾਤ ਬੜੇ ਸੰਗੀਨ ਹੋ ਗਏ ਨੇ। ਮਰੀਮ ਬੀਬੀ ਲੈ ਗਈ ਹੈ। ਲਓ ਜੀ ਇਹ ਹਾਲਾਤ ਆ ਵੀ ਸਾਡੇ ਤਿਲਾਂ 'ਚ ਬੰਦੇ ਹੁਣ ਬੱਕਰੀਆਂ ਛੱਡੀ ਵਧੇ ਨੇ। ਇਹ ਅੱਲਾ ਦੇ ਤਾਂ ਮੇਰੀ ਵਾਹੀ ਦਾ ਨੁਕਸਾਨ ਕਰਵਾ ਰਿਹਾ ਜੀ, ਕਹਿ ਕੇ ਮੇਰੇ ਤਿਲਾਂ ਦਾ ਨੁਕਸਾਨ ਕਰਵਾ ਰਿਹਾ ਨੇ, ਬੰਦੇ ਛੱਡੇ ਨੇ ਸਪੈਸ਼ਲ। ਉਹ 3 ਨਹੀਂ ਰੱਖਣੀਆਂ ਸੀ ਉਹ ਖੁਦਾ ਦਾ ਨਾਮ ਆ, ਮੈਂ 15-16 ਇੱਟਾਂ ਲੈ ਕੇ ਜਾਣੀਆਂ, ਬੱਤੂ ਲੈ ਕੇ ਆਇਆ ਮੈਂ। ਇਹ ਜਨਾਬ ਤਿਲਾਂ ਦੇ ਵਿੱਚ ਬੱਕਰੀਆਂ ਚਰ ਰਹੀਆਂ ਸਾਡੇ। ਫਾਈਨਲੀ ਸਾਡਾ ਕੰਮ ਜਿਹੜਾ ਸੀ ਉਹ ਦੁਪਹਿਰ ਦੇ ਟਾਈਮ ਤੱਕ ਤਕਰੀਬਨ ਹੋ ਗਿਆ। ਆਪਾਂ ਕੋਲ ਬੈਠੇ ਆਂ, ਬਿਲਕੁਲ ਨਿੱਕੇ ਨਿੱਕੇ ਕੰਮ ਹੈ ਨਾ। ਹਾਂ ਤਾਂ ਕੱਲ ਨਹੀਂ ਆਇਆ ਮੈਂ, ਸ਼ੁਰੂ ਟਾਈਮ ਲੱਗਣਾ।
ਕਬਰਸਤਾਨਾਂ ਦੇ ਵਿੱਚ ਇੱਕ ਦਰਖਤ ਪਾਇਆ ਜਾਂਦਾ ਆ, ਇਹਨੂੰ ਵਣ ਕਹਿੰਦੇ ਨੇ, ਵਣ ਵਣ ਦੀ ਲੱਕੜ ਕਹਿੰਦੇ ਨਾ ਕਈ ਵਾਰੀ, ਵਣ ਵਣ ਦੀ ਲੱਕੜ ਇਕੱਠੀ ਹੋਈ ਹੈ। ਇਸ ਦਰਖਤ ਦਾ ਕੋਈ ਇਸ ਤੋਂ ਇਲਾਵਾ ਨਾਮ ਨਹੀਂ ਮੈਂ ਸੁਣਿਆ। ਜ਼ਿਆਦਾਤਰ ਕਬਰਸਤਾਨਾਂ 'ਚ ਜਾਂ ਇਸ ਤਰ੍ਹਾਂ ਦੀ ਜਗ੍ਹਾ 'ਤੇ ਹੀ ਪਾਇਆ ਜਾਂਦਾ। ਬਹੁਤ ਜ਼ਿਆਦਾ ਛਾਂ ਵੀ ਇਹਦੀ ਨਹੀਂ ਹੁੰਦੀ, ਅਲਬਤਾ ਇਹਨੇ ਇਸੇ ਤਰ੍ਹਾਂ ਦੀਆਂ ਜਾੜੀਆਂ ਜਿਹੀਆਂ ਇਹਦੀਆਂ ਬਣਨੀਆਂ ਹੁੰਦੀਆਂ, ਛੋਟੇ ਛੋਟੇ ਇਹਦੇ ਪੱਤੇ ਹੁੰਦੇ ਆ। ਇਹ ਫੈਸਲਾਬਾਦ ਔਰ ਦੀਗਰ ਜਿੱਥੇ ਜਿੱਥੇ ਇਲਾਕਿਆਂ 'ਚ ਵੀ ਰਿਸ਼ਤੇਦਾਰ ਸਾਡੇ ਬੈਠੇ, ਮੈਂ ਅਕਸਰ ਜਗ੍ਹਾ 'ਤੇ ਜਾਂਦਾ ਹੈ, ਕਿਸੇ ਜਗ੍ਹਾ 'ਤੇ ਨਹੀਂ ਮੈਂ ਦੇਖਿਆ, ਜ਼ਿਲ੍ਹਾ ਵਿਹਾੜੀ ਔਰ ਇੱਦਾਂ ਦੇ ਇੱਕ ਦੋ ਜਗ੍ਹਾ ਦੇ ਉੱਤੇ ਹੀ ਮੈਂ ਦੇਖਿਆ ਇਹਨਾਂ ਨੂੰ, ਇਸ ਤਰ੍ਹਾਂ ਦੇ ਦਰਖਤਾਂ। ਇਹ ਆਪੇ ਹੀ ਉੱਗ ਜਾਂਦੇ ਆ, ਇਹਦਾ ਕੋਈ ਬੀਜ ਵੀ ਨਹੀਂ ਹੈਗਾ ਦਰਖਤ ਦੇ ਨਾਲ ਲੱਗਾ ਹੋਇਆ, ਜਿਹੜਾ ਕਿਰਦਾ ਹੋਵੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਇਹ ਉੱਗਦੇ ਆ। ਇਸ ਤਰ੍ਹਾਂ ਦੇ ਇਹਦੇ ਪੱਤੇ ਹੁੰਦੇ ਆ, ਕੱਚੇ ਹੀ ਹੁੰਦੇ ਆ, ਕਿਸੇ ਵੀ ਮੌਸਮ 'ਚ ਇਹ ਸੁੱਕਦਾ ਨਹੀਂ ਹੈਗਾ, ਕੱਚਾ ਜਿਹਾ ਹੀ ਹੁੰਦਾ, ਬਹੁਤਾ ਕੋਈ ਮਜ਼ਬੂਤ ਦਰਖਤ ਨਹੀਂ ਹੈ। ਅਲਬੱਤਾ ਬਾਲਣ ਬੂਲਣ ਇਹਦਾ ਬਣ ਜਾਂਦਾ ਇੱਥੋਂ, ਜਦੋਂ ਸੁੱਕ ਕੇ ਟਾਹਣੀਆਂ ਟੁੱਟ ਜਾਂਦੀਆਂ ਉਦੋਂ ਲੋਕ ਲੈ ਲੂ ਜਾਂਦੇ ਆ, ਵਰਨਾ ਆਮ ਤੌਰ 'ਤੇ ਲੋਕ ਇਹਨੂੰ ਹੱਥ ਨਹੀਂ ਪਾਉਂਦੇ। ਕਬਰਸਤਾਨ 'ਚੋਂ ਲੱਕੜ ਘੱਟ ਵੱਢਦੇ ਆ, ਘੱਟ ਤੋਂ ਮੁਰਾਦ ਬਲਕਿ ਵੱਢਦੇ ਹੀ ਨੇਗੇ, ਸ਼ਾਇਦ ਹੀ ਕੋਈ ਹੋਣ ਜਿਹੜੇ ਵੱਢਦੇ ਹੋਣ। ਕਬਰਸਤਾਨ ਦੇ ਵਿੱਚ ਇਹਨਾਂ ਦੀਆਂ ਬਹੁਤ ਛਾਵਾਂ ਹੁੰਦੀਆਂ, ਜਦੋਂ ਲੋਕ ਦਫਨਾਉਣ ਆਉਂਦੇ ਆ ਜਾਂ ਕਬਰਾਂ ਲਿਪਣ ਆਉਂਦੇ ਜਾਂ ਬਣਾਉਣ ਆਉਂਦੇ ਉਦੋਂ ਇਹਨਾਂ ਦੇ ਸਾਏ ਥੱਲੇ ਬੈਠ ਜਾਂਦੇ ਨੇ। ਸਤਾਜੀ ਕੜਾਈ ਵੀ ਥੋੜ੍ਹੀ ਜਿਹੀ ਸਾਫ਼ ਕਰ ਲੈਣੀ ਹੈ, ਹਾਂਜੀ, ਅਤੇ ਪਰਾਂ ਪਾਲਿਆਂ ਦੀ ਕਬਰ ਜਿਹੜੇ ਸੀਮੈਂਟ ਬਣਾਇਆ ਵਾ ਉਹ ਵੀ ਧੋ ਦੇਣੀ ਆ, ਕੈਨ 'ਚ ਪਾਣੀ ਹੋਣਾ ਹੈ, ਚੰਗੀ ਤਰ੍ਹਾਂ ਰੋੜ ਕੇ ਸਮਾਨ ਸਾਰਾ ਕੁੰਜ ਲਓ, ਇਕੱਠਾ ਕਰੋ, ਮੋਟਰਸਾਈਕਲ 'ਤੇ ਬੈਠੀਏ ਅਤੇ ਚੱਲੀਏ। ਅਤੇ ਮੋਟਰਸਾਈਕਲ 'ਤੇ ਨਹੀਂ ਜਾਣਾ, ਲੈ ਜੀ ਤਿਆਰੀ ਸ਼ਿਆਰੀ ਕਰਕੇ, ਨਹਾਈਆਂ ਸ਼ਾਈਆਂ ਮਾਰ ਕੇ, ਅਤੇ ਹੁਣ ਖਾਣੇ 'ਤੇ ਦੁਪਹਿਰ ਦੇ 'ਤੇ, ਅਤੇ ਸੁਬਹਾ ਕਬਰਸਤਾਨ ਰਹੇ ਹਾਂ ਅਤੇ ਉਸ ਚੱਕਰ 'ਚ ਕੀਤਾ ਨਾਸ਼ਤਾ ਹੀ ਨਹੀਂ। ਬਟ ਸਾਹਿਬ ਜੀ ਗ੍ਰੇਟ, ਆਪਣਾ ਪੁੱਠਾ ਕਰਾ ਪਿਆ ਸੀਗਾ ਉਹਦੇ ਨਾਲ ਲਾ ਲੈਣੀ ਸੀ ਮਿੱਟੀ। ਇਹ ਜਨਾਬ ਉਹ ਮਕਾਮ ਆ ਜਿਸ ਮਕਾਮ 'ਤੇ ਅਸੀਂ ਪਹੁੰਚੇ ਹਾਂ। ਉਸਤਾਦ ਵੀ ਆਇਆ ਅੱਜ ਤਾਂ ਮਸ਼ੂਕ ਅਲੀ, ਰਾਤੀ ਕਮੈਂਟ ਆ ਗਿਆ ਅਤੇ ਕਾਲਾਂ ਆ ਗਈਆਂ, ਵਲੌਗ ਤੇਰਾ ਬਣਾਇਆ ਜਿਹੜਾ ਮੈਂ, ਕਿ ਮਸ਼ੂਕ ਅਲੀ ਉੱਧਰ ਗਿਆ ਫਿਰਦਾ, ਭਾਈ ਸ਼ਮਸ ਕੋ ਛੱਡ ਗਿਆ। ਮੈਂ ਕਿਹਾ ਨਹੀਂ ਯਾਰ, ਉਹ ਕਦੀ ਕਦੀ ਸੱਜੇ ਖੱਬੇ ਵੀ ਕੋਈ ਨਿਜ਼ਾਮ ਚਲਾ ਲੈਂਦਾ ਹੁੰਦਾ। ਅਰਸਲਾਨ ਤੂੰ ਬੜਾ ਖਤਰਨਾਕ ਬੰਦਾ, ਵੀ ਬੰਦਾ ਟਾਈਮ ਤੇ ਬੰਦਾ ਨਹੀਂ, ਭਾਈ ਜਨ 11 ਵਜੇ ਟਾਈਮ ਦਿੱਤਾ ਆਪਾਂ, ਇਹ ਇਥੇ ਸੇਵ ਦੇ ਬੰਦੇ ਨੂੰ 10 ਵਜੇ ਦਿੱਤਾ, ਜਿਹੜੇ ਮੈਂ ਸੀ ਉਹਨੂੰ 11:30 ਵਜੇ ਦਿੱਤਾ, ਦੋ ਸ਼ਿਫਟ ਲਗਾਈਆਂ ਨਾ ਸਮੇਂ ਲੱਗ ਗਏ, 3 4 12 ਵਜੇ ਆਏ ਆ ਪੂਰੇ, 12 ਵਜੇ 10 ਵਜੇ ਹਾਂ ਰੋਕ ਕੇ ਲਈਆਂ ਕੱਲ ਪਰਸੋਂ ਦੀ। ਹਾਂ ਤੇ ਮੈਂ ਕਿਹਾ ਸਾਡੇ ਤੋਂ ਤਾਂ ਮੁਸ਼ਤਾਦ ਮਸ਼ੂਕ ਦਾ ਪ੍ਰੋਟੋਕੋਲ ਜ਼ਿਆਦਾ ਹੈ। ਇਹ ਜਨਾਬ ਇਹਦੇ ਵਿੱਚ ਕੀ ਪੱਕ ਰਿਹਾ ਅਰਸਲਾਨ? ਕੱਟਾ ਪੱਕ ਰਿਹਾ, ਕੱਟਾ ਪੱਕ ਰਿਹਾ ਜੀ ਇਹਦੇ ਵਿੱਚ, ਮਾਸ਼ਾਅੱਲਾ। ਵੱਟਾ ਵੱਟਾ ਅਲੀ, ਉਹ ਮੇਰੇ ਮੋਟਰਸਾਈਕਲ ਚਾਬੀ ਘੱਟ ਗਿਆ, ਬੋਲ ਗਿਆ ਠੀਕ ਹੈ ਜੀ, ਠੀਕ ਹੈ ਸਰ, ਚਲੋ। ਇਹ ਜਨਾਬ ਇੱਥੇ ਫੁੱਲ ਖਾਣੇ ਦਾ ਇੰਤਜ਼ਾਮ ਹੈ ਅੱਜ ਬਾਈ ਅਰਸਲਾਨ ਦੀ ਤਰਫੋਂ ਔਰ ਬਾਈ ਅਦਨਾਨ ਦੀ ਤਰਫੋਂ।
ਲੰਗੜਿਆਲ ਸਾਹਿਬ ਜਨਾਬ ਮੈਨੂੰ ਬਗੈਰ ਪੁੱਛੇ ਦੱਸੇ ਤੋਂ ਇੱਕ ਵਾਰੀ ਨਿਕਲ ਆਏ ਸੀਗੇ। ਬਗੈਰ ਪੁੱਛੇ ਦੱਸੇ ਤੋਂ ਨਿਕਲ ਆਇਆ ਸੀ, ਇਹਨੂੰ ਪਤਾ ਸੀਗਾ ਭੁੱਖਾ ਪਿਆ ਖੁਪਿਆ ਪਿਆ ਹੋਣਾ ਗਰਮੀ ਨਾਲ, ਬੁਰੇ ਹਾਲ ਤੇ ਬੌਂਕੇ ਦੇ ਆੜੇ ਹੋਣੇ ਆ। ਆਹ ਵੇਖੋ ਨਾ ਸਾਡੇ ਕੀ ਰੰਗ ਕਾਲਾ ਹੋ ਗਿਆ ਧੁੱਪ 'ਚ, ਫਿਰ ਫਿਰ ਮਿੱਟੀ ਨਾ ਇੱਧਰ। ਇਹ ਦੇਖੋ ਕਿੰਨੇ ਬੱਗੇ ਆ, ਇਹ ਦੋਨੇ ਬੱਗੇ ਆ ਵੇਖੋ, ਇੱਦਾਂ ਇਹਨਾਂ ਦੇ ਗਲੋ ਕਰ ਰਹੀ ਸਕਿਨ, ਗਲੋ ਕਰ ਰਹੀ ਸਕਿਨ, ਗਲੋ ਕਰ ਰਹੀ ਇਹਨਾਂ ਦੋਨਾਂ ਦੀ। ਨਹੀਂ ਪੂਰਾ ਵੀ ਨਹੀਂ ਆ ਰਿਹਾ, ਇੱਧਰ ਹੈਰਾਨ ਕੁੰਨ ਤਰੀਕੇ ਦੇ ਨੇ। ਪੜ੍ਹੀ ਲਿਖੀ ਆ ਗਈ ਹੈ, ਇਹਨੂੰ ਇਹ ਹੱਥ ਪਾਉਣ ਨੂੰ ਕੋਈ ਨੀ ਪਾ ਰਿਹਾ। ਅਸੀਂ ਲਗੜਿਆਲ ਦੀ ਮਿਹਨਤ ਕੀਤੀ ਹੈ, ਮੈਂ ਅਸੀਂ ਕਿਹਾ ਵੀ ਲਗੜਿਆਲ ਤੋਂ ਸ਼ੁਰੂ ਹੋ ਤੇ ਨਾ ਅਮਦਾਦ ਕਰਾਵਾਂਗੇ। ਉਹਨੇ ਇੱਕ ਵਾਰੀ ਤਾਂ ਹਲਾਈ ਲੋਈ ਹੈ, ਫਿਰ ਕਹਿੰਦਾ ਨਹੀਂ ਕੰਮ ਭਾਰਾ ਆ, ਹੱਥ ਹੁੱਥ ਪਾਇਆ ਨੀ ਗਾ, ਫਿਰ ਪਿੱਛੇ ਹਟ ਗਿਆ। ਵੱਡਾ ਬੋਟ ਆ ਕਹਿੰਦਾ, ਪਤਾ ਨੀ ਕਿਸ ਤਰ੍ਹਾਂ ਕਹਿੰਦਾ। ਇਹਦੇ ਨਾਲ ਉਲਟਾ ਥੋੜੇ ਜਿਹੇ ਮੈਨਰਸ ਸਿੱਖ ਜਾਂਦੇ ਜੀ। ਅੱਲਾ ਦਿੱਤਾ ਭਾਈ ਨੇ ਫਟੀਕ ਪਾਈ ਹੈ ਖਾਨ ਭਾਈ ਨੂੰ, ਕਿ ਮੈਨੂੰ ਤੁਸੀਂ ਆ ਮਾਲ ਵਿੱਚੋਂ ਕੱਢ ਦਿਓ। ਖਾਨ ਭਾਈ ਨੇ ਤਜਰਬੇ ਦੇ ਨਾਲ ਵਿੱਚੋਂ ਪੈਨਸਲ ਦੇ ਨਾਲ ਕੱਢਿਆ ਹੈ, ਛੁਰੀ ਦੇ ਨਾਲ, ਚਮਚ ਨਾਲ ਅੱਲਾ ਦਿੱਤਾ ਭਾਈ ਖਾ ਰਹੇ ਨੇ। ਡਿੰਗੇ ਚਮਚ ਚੁਮਚ ਪਾ ਲਿਆ ਹੈ ਖਾਨ ਭਾਈ, ਥੋੜਾ ਸਾ ਲੈ ਲਓ ਇਸਕੇ ਇਸ ਖਾਨ ਭਾਈ, ਥੋੜਾ ਸਾ ਲੈ ਲਓ। ਨਹੀਂ ਇੱਧਰ ਜੀ ਅੱਲਾ ਦਿੱਤਾ ਭਾਈ, ਉਰਦੂ ਚੜ ਗਈ ਮੂੰਹ ਦੇ ਮੈਂ ਖਾਨ ਭਾਈ ਕੇ ਸਾਥ ਬੋਲਤੇ ਬੋਲਤੇ। ਅੱਲਾ ਦਿੱਤਾ ਸਾਹਿਬ ਦੁਬਾਰਾ ਵਾਪਸ ਪ੍ਰੋਟੋਕੋਲ ਮੇ ਆ ਗਏ ਹੈ, ਅਬ ਚਮਚੀ ਉਧਰ ਲੈ ਜਾਣੇ ਕੀ ਗੁਸਤਾਖੀ ਬਿਲਕੁਲ ਨਹੀਂ ਕਰੇਂਗੇ, ਦੂਸਰੀ ਕੀ ਪਲੇਟ ਮੇ ਮਾਰਨੇ ਕੀ ਚਮਚੀ। ਇਸ ਤਰ੍ਹਾਂ ਦੀ ਲੂਜ਼ ਟਾਕ ਕਰ ਲੰਗੜਿਆਲ, ਲੂਜ਼ ਟਾਕ ਹਰ ਪਾਸੇ ਹੀ ਕੰਮ ਚੱਲਿਆ ਖਰਾ। ਕਿੰਨੇ ਦੇ ਖਾਨ ਕਰਨ ਬਜੇ 30 ਕਿਲੋਮੀਟਰ 30.1 ਤੱਕ ਦੀ ਐਵਰੇਜ ਆਈ, ਭਜਾਉਣੀ ਕਿੰਨੇ ਦੇ ਖਾਨ ਹੈ ਉਸ ਤੋਂ ਥੱਲੇ? ਨਹੀਂ ਥੱਲੇ ਲੋਡ ਨਹੀਂ, ਚਲਾਓਗੇ ਲੋਡ ਨਹੀਂ।
ਇੱਕ ਵਾਰੀ ਪੈਰ ਚੱਕਾਂ ਮੁੜ ਦੇ ਸਮਝ ਯਾਰ ਏਡੇ ਤੁਸੀਂ ਮੰਜੀਓ ਲੈ ਕੇ ਆਏ ਵੀ ਗੱਡੀਆਂ ਝਟਕਿਆਂ ਨਾਲ ਪਹੁੰਚਾਉਣ ਲੱਗ ਪਏ ਕੋ ਖੁਦਾ ਦਾ ਬੱਤੀ ਬਲੀ ਖੜੀ ਆ ਗੱਡੀ ਦੀ ਬਲੀ ਰੱਖੇ ਤਾਂ ਵੀ ਹੁਣ ਖਾਨ ਗੱਲ ਹੋ ਗਈ ਆ ਕਿ ਨਹੀਂ ਹਲੇ ਯਾਰ ਹੁਣ ਖਾਨ ਦੱਸਿਆ ਕੋਈ ਫੇਰ ਹੀ ਫੇਰ ਹੀ ਲੈਣੇ ਆ ਖਾਨ ਸਾਹਿਬ ਪਿੱਛੇ ਸਾਡੀ ਆਣਾ ਮੋਸਟ ਵੈਲਕਮ ਸੇਲ ਆਪਾਂ ਕਰਨਾ ਨਹੀਂ ਚਲਾਵਣ ਵਾਸਤੇ ਲੈ ਆਉਣਾ ਹੁਣ ਹੁਣ ਤਾਂ ਲੈਣਾ ਹੀ ਬਣਦਾ ਅਸੀਂ ਲੈਣ ਦਾ ਵਾਸਤੇ ਮੈਂ ਕਿਹਾ ਮਰ ਸਕਦਾ ਲੈ ਜਾਈਏ ਫਿਰ ਹੁਣ ਲੈ ਜਾਈਏ ਹੁਣ ਹੁਣ ਉਹ ਤੋਂ ਆ ਕੇ ਜੀ ਡਿੱਗ ਪਈਏ ਇਹਦੀ ਪਲੂਤਾ ਤੈਨੂੰ ਪਤਾ ਪੈੜਾ ਹੀ ਆ ਨਾ 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 ਹੁਣ ਨਹੀਂ ਲੈਣਾ ਖਾਨ ਆ ਦੇ ਦਿਲੋਂ ਦੇਗਾ ਫਿਰ ਉਹ ਅੰਦਰ ਜਦੋਂ ਦਿੱਤਾ ਦੇਣਾ ਤੁਹਾਨੂੰ ਹੀ ਇਹ ਤਾਂ ਵਾਦਾ ਪਹਿਲੇ ਇੱਥੇ ਮਗਲਾ ਵੰਟ ਹੋਏ ਵੇਚ ਤੈਨੂੰ ਕੀਤਾ ਫੋਨ ਮੈਂ ਕਿਹਾ ਯਾਰ 16 ਮਾਡਲ ਖੜਾ 160,000 ਚ ਮੈਨੂੰ ਪਿਆ ਇੱਕ 30,000 ਦਾ ਵੇਖ ਰਿਹਾ ਤੁਸੀਂ ਲੈਣਾ ਯਾਰ ਮਹਿੰਗਾ ਬੜਾ ਸੀ ਉਹ ਬੜਾ ਮਹਿੰਗਾ ਸੀ ਯਾਰ ਮੈਂ ਨਾ ਉਸ ਤੇ ਪੈਸੇ ਬੜੇ ਲਾ ਬੈਠਾ ਚੌਧਰੀ ਸਾਹਿਬ ਦੀ ਦਾਵਤ ਭੁਗਤਾ ਕੇ ਫ੍ਰੀ ਹੋ ਕੇ ਹੁਣ ਨਿਕਲੇ ਆ ਗੱਡੀ ਚ ਬੈਠੇ ਖਾਨ ਸਾਹਿਬ ਨੂੰ ਛੇੜੀ ਜਾਂਦੇ ਸੀ ਖਾਨ ਕੋ 17 ਮਾਡਲ 125 ਖੜਾ ਆ ਐਵੇਂ ਕੋ 2,000-3,000 ਮਸੇ ਚੱਲਿਆ ਹੋਣਾ ਉਹ ਖੜੋਤਾ ਕੋਠੀ ਤੇ ਅੰਦਰ ਹੀ ਖੜੋਤਾ ਆ ਬਾਹਰ ਹੋਰ ਮੋਟਰਸਾਈਕਲਾਂ ਹੈਗੀਆਂ ਇੱਕ 125 CD ਇੱਦਾਂ ਚੱਲਦੀਆਂ ਚੁਲਦੀਆਂ ਰਹਿ ਜਾਂਦੀਆਂ ਆਪੇ ਸਾਰਾ ਦਿਨ ਗੱਡੀਆਂ 'ਤੇ ਹੋਣਾ ਹੁੰਦਾ ਸ਼ੋਰੂਮ 'ਤੇ ਅੱਗੇ ਪਿੱਛੇ ਉਹ ਖਾਨ ਨਾਲ ਕਹੀ ਜਾਂਦੇ ਸੀ ਵੀ ਸਾਨੂੰ ਉਹ ਦੇ ਅੱਗੇ ਜਿਹੜੀ 70 ਆਪਾਂ ਵੇਚੀ ਆ ਕੱਲ੍ਹ ਪਿਛਲੇ ਵਲੌਗ 'ਚ ਉਹ ਵੀ ਖਾਨ ਸਾਹਿਬ ਕੋਈ ਇੱਕ ਦਿਨ ਮੈਂ ਗਿਆ ਤਾਂ ਮੈਂ ਵੇਚਣੀ ਸੀ ਅਤੇ ਮੈਂ ਧਰੂ ਲਿਆ ਹੁਣ ਮੇਰੇ ਕੋਲ ਹੈਗੀਆਂ ਮੋਟਰਸਾਈਕਲਾਂ 2 ਅਤੇ ਅਸੀਂ ਚਲਾਉਣ ਵਾਲੇ ਵੀ 2 ਹੀ ਹਾਂ ਮੋਟਰਸਾਈਕਲ ਇੱਕ ਅਸੀਂ ਹੋਰ ਰੱਖਦੇ ਹੁੰਦੇ 3 ਰੱਖਦੇ ਹੁੰਦੇ ਹਾਂ ਉਹ ਤੀਸਰਾ ਹੁਣ ਲੱਭ ਰਹੇ ਹਾਂ ਵੀ ਕਿਹੜਾ ਲਈਏ ਇਹ ਤੋਂ ਸ਼ੁਰੂ ਹੋਇਆ ਇੱਕ ਤਾਂ ਜਨਾਬ ਇੱਥੇ ਮੇਰੇ ਏਅਰਬਡ ਆਏ ਪਏ ਸੀ ਮੋਬਾਈਲ ਵਾਲੇ ਉਹ ਚੱਕਦੇ ਆ ਚੱਲ ਕੇ ਪਹਿਲੇ ਉਸ ਤੋਂ ਬਾਅਦ ਜਨਾਬ ਪਲੇਟ ਜਿਹੜੀ ਆ ਇਹ ਹੁੱਕ ਫਿੱਟ ਕਰਨ ਲੱਗਾ ਸੀ ਇਹਦੇ ਥੋੜ੍ਹਾ ਜਿਹਾ ਸਰਾਹ ਖੁੱਲ੍ਹੇ ਕਰਾਉਣੇ ਆ ਇੱਕ ਜਿਹੜਾ ਕਾਬਲਾ ਟਾਈਟ ਨਹੀਂ ਹੁੰਦਾ ਪਿਆ ਉਹਦੇ ਵਾਸਤੇ ਇਹਨੂੰ ਅੱਡੇ 'ਤੇ ਲੈ ਕੇ ਆਇਆ ਠੀਕ ਹੈ ਸਬਜ਼ੀ ਇਸ ਤੋਂ ਇਲਾਵਾ ਇੱਕ ਆ ਬੋਤਲ ਜੀ ਅਤੇ ਇੱਦਾਂ ਕਰਕੇ ਆ ਸਮਾਨ ਜਿਹੜਾ ਚਾਹੀਦਾ ਉਹ ਨਾਲ ਟੰਗਿਆ ਇੱਥੋਂ ਲਿਆ ਅਤੇ ਉਸਤਾਦ ਅਮੀਨ ਖਰਾਦੀਆ ਸਾਹਿਬ ਨੇ ਉਹਨਾਂ ਦੀਆਂ ਪਲੇਟਾਂ ਦਾ ਇੱਥੋਂ ਭਾਈ ਵਿਕਾਸ ਨੂੰ ਕਿਹਾ ਹੋਇਆ ਵਾ ਉਹਨਾਂ ਨੂੰ 6 ਪੈਨਲਸ ਚਾਹੀਦੇ ਸੀਗੇ ਜਿਨਕੋ ਐਨ ਟਾਈਪ ਉਹ ਹੁਣ ਜਾ ਕੇ ਮੰਗਵਾਉਣੇ ਆ ਫੋਨ ਕਰਦਾ ਰੇਟ ਸ਼ੇਟ ਪਤਾ ਕਰ ਲਿਆ 36 rupees ਪਰ ਵਾਰਡ ਮਿਲਿਆ 585 ਵਾਰਡ ਦੀ ਇੱਕ ਪਲੇਟ ਆ ਜਿਨਕੋ ਐਨ ਟਾਈਪ ਸਿੰਗਲ ਗਲਾਸ ਇਹ ਕੁਝ ਅੱਜ ਦਾ ਦਿਨ ਆ ਬਲਕਿ ਦਿਨ ਕੀ ਆ ਦੁਪਹਿਰ ਸ਼ੁਰੂ ਹੋ ਗਈ ਆ ਅਤੇ ਇਹ ਸੂਰਤ ਹਾਲ ਆ ਅੱਜ ਦੇ ਛੋਟੇ ਛੋਟੇ ਧੰਦੇ ਗਰਮੀ ਬਹੁਤ ਸ਼ਦੀਦ ਆ ਪਤਾ ਨਹੀਂ ਕੀ ਗੱਲ ਖਤਮ ਨਹੀਂ ਹੋਣ ਦਾ ਨਾਮ ਲੈ ਰਹੀ ਅਤੇ ਸ਼ਦੀਦ ਤੋਂ ਸ਼ਦੀਦ ਤਰ ਹੋ ਰਹੀ ਹੈ ਸਬਜ਼ੀ ਪਕੜੀ ਆ ਸਬਜ਼ੀ ਬੜੀ ਮਹਿੰਗੀ ਹੋ ਗਈ ਹੈ ਬਾਕੀ ਤਾਂ ਬਾਕੀ ਰਹਿ ਗਿਆ ਕੰਮ ਇਹ ਗੋਸ਼ਤ ਤੋਂ ਮਹਿੰਗੀ ਹੋਈ ਖੜੀ ਹੈ ਜੀ ਜਨਾਬ ਭਾਈ ਮੁਰਤਜ਼ਾ ਕੋਲ ਪਹੁੰਚੇ ਹਾਂ ਭਾਈ ਮੁਰਤਜ਼ਾ ਕੋਲ ਆਪਣਾ ਪਾਰਸਲ ਆਇਆ ਜਨਾਬ ਇਹ 24 Ultra ਦਾ ਏਅਰਬਡ ਕੰਪਨੀ ਜਿਹੜੀ ਆ ਉਹ ਗਿਫਟ ਦੇ ਵਿੱਚ ਆਪਣਾ ਭੇਜਦੀ ਹੁੰਦੀ ਹੈ
ਤੇ ਉਹ ਮੇਰੇ ਖਿਆਲ ਭੇਜੇ ਹੋਣੇ, ਉਹਨਾਂ ਨੇ ਚੈੱਕ ਕਰਦੇ ਆ, ਸ਼ਾਇਦ ਉਹੀ ਹੋਣੇ ਨੇ ਮੋਬਾਈਲ PVT LTD। ਤਾਂ ਇਹਨਾਂ ਨਾਲ 30,000 ਰੁਪਇਆ ਇਹਨਾਂ ਦੀ ਵੈਲਿਊ ਹੁੰਦੀ ਹੈ ਤਕਰੀਬਨ, ਦੇਖਦੇ ਹਾਂ ਵੈਲਿਊਏਬਲ ਹੈ ਨੇ, ਵੈਲਿਊ ਆਫ ਮਨੀ ਹੈ ਨੇ ਜਾਂ ਬਸ ਐਵੇਂ ਫਜ਼ੂਲ ਨੇ। ਹਾਲਾਂਕਿ ਮੈਨੂੰ ਇਹਨਾਂ ਦੀ ਜ਼ਰੂਰਤ ਵੀ ਨਹੀਂ ਹੁੰਦੀ, ਮੇਰੇ ਕੋਲ ਆਲਰੇਡੀ ਆਈਫੋਨ 'ਤੇ ਮੈਂ ਖਰੀਦੇ ਸੀ, ਉਹ ਇੱਕਾ ਦੁੱਕਾ ਵਾਰੀ ਲੋਡ ਪਈ ਆ ਅਤੇ ਉੱਦਾਂ ਪਏ ਪਏ ਹੀ, ਇੱਕ ਖਰਾਬ ਮੈਨੂੰ ਲੱਗਦਾ ਹੋ ਗਿਆ, ਛੋਟੀ ਬੇਟੀ ਨੇ ਉਹ ਮੂੰਹ 'ਚ ਪਾ ਕੇ ਚੱਬ ਦਿੱਤਾ। ਇੱਕ ਜਿਹੜਾ ਉਹ ਚੱਲਦਾ ਹੈ ਉਹ ਡਬੋਕਸ ਜਿਹਦੇ ਵਿੱਚ ਸੀਗੇ, ਬੜੇ ਅੱਛੀ ਕੁਆਲਿਟੀ ਦੇ ਸੀ, ਬੈਟਰੀ ਉਹਨਾਂ ਦੀ ਬਹੁਤ ਅੱਛੀ ਹੁੰਦੀ ਸੀ। ਹੈ ਜੀ ਇਨਕਾ ਬੋਕਸ ਗਲੈਕਸੀ ਬਰਡਸ FE ਸੈਮਸੰਗ, ਇਹ ਜਨਾਬ ਇਹਨਾਂ ਦਾ ਸੀਲ ਲੱਗੀ ਹੋਈ ਹੈ। ਕੁਛ ਯੂ ਆਤੇ ਹੈ ਜੀ, ਇਹਦੇ ਵਿੱਚ ਇੱਕ ਬੋਕਸ ਪੈਕ ਸੀਗਾ, ਉਹਦੇ ਵਿੱਚ ਇੱਕ ਕਿਤਾਬ ਲਿਖੀ ਹੋਈ ਹੈ, ਜਿਹੜੀ ਇਹਦੇ ਬਾਰੇ ਜਾਣਨਾ ਹੋਵੇ ਤਾਂ ਜਾਣਨਾ ਇਹਦੇ ਬਾਰੇ ਅਸੀਂ ਕੀ ਆ ਬਈ। ਜਨਾਬ ਆਪਾਂ ਨੂੰ ਇਹ ਮਿਲ ਜਾਂਦਾ, ਬਰਡ ਆ ਜਾਂਦੇ ਨੇ, ਨਾਲ ਇਹਦੇ ਚਾਰਜਿੰਗ ਵਾਲੀ ਕੇਬਲ ਹੋਣੀ ਆ, ਜਿਵੇਂ ਅੱਜ ਕੱਲ੍ਹ ਕੰਪਨੀਆਂ ਨੇ ਆਪਣਾ ਸਿਸਟਮ ਚਲਾਇਆ। ਜੀ ਬੇਟਾ 120 ਵਾਲਾ ਕੀ ਚਾਹੀਦਾ, ਮੂੰਗਫਲੀ। ਆ ਜਨਾਬ ਇਹਦੀ ਕੇਬਲ ਆ ਗਈ C2C, ਬਹੁਤ ਕੁਆਲਿਟੀ ਅੱਛੀ ਦੀ ਕੇਬਲ ਹੈ ਵੈਸੇ। ਜਨਾਬ ਨਿਕਲੀ ਹੈ ਔਰ ਹਮਨੇ ਯੇ ਆਰਡਰ ਕੀਏ ਥੇ ਪਿੰਕ ਕਲਰ ਕੇ, ਤੋ ਯੇ ਉਹਨੇ ਮੁਝੇ ਫੋਨ ਆਇਆ ਥਾ ਇੱਕ ਮੈਮ ਕਾ, ਤੋ ਵੋ ਕਹਿਤੀ ਆਪਕੋ ਮਿਲੇਂਗੇ ਬਲੈਕ ਕਲਰ ਕੇ, ਪਿੰਕ ਖਤਮ ਹੋ ਗਏ ਹੈ, ਪਿੰਕ ਕੀ ਡਿਮਾਂਡ ਬੜੀ ਥੀ, ਤੋ ਮੈਨੇ ਕਹਾ ਚਲੇ ਜੋ ਪੜੇ ਹੈ ਵੋ ਦੇ ਦੇ ਆਪ, ਮੁਸ਼ਕਲ ਨਹੀਂ ਹੈ, ਇੱਕ ਹਿਸਾਬ ਸੇ ਦੇਖਾ ਜਾਏ ਤੋ ਫ੍ਰੀ ਹੈ, ਇੱਕ ਹਿਸਾਬ ਸੇ ਦੇਖਾ ਜਾਏ ਤੋ ਹਮਨੇ ਪੈਸੇ ਭਰੇ ਹੈ ਇਸਕੇ, ਬਾਕੀ ਚੀਜ਼ ਜੇ ਛੋਟੀ ਸੀ ਹੈ, ਮੁਝੇ ਤੋ ਸਮਝ ਨਹੀਂ ਆਤਾ ਕਿ ਇਸਕੀ ਕੀਮਤ ਕਿਉਂ ਹੈ ਇਤਨੀ, ਬਾਕੀ ਕੁਆਲਿਟੀ ਅੱਛੀ ਹੈ ਇਨਕੀ, ਯੇ ਬੋਕਸ ਕੀ ਕੁਆਲਿਟੀ ਬੜੀ ਅੱਛੀ ਹੈ, ਖੁੱਲ ਜਾ ਸਿਮ ਸਿਮ ਲੇ ਜੀ, ਯੇ ਹੈ ਜੀ ਬਰਡ, ਇਸੇ ਤੋਂ ਅੱਛੇ ਉਹ ਮੇਰਾ ਭਾਈ ਹੈ ਵੋ ਲੇ ਲੀਏ ਫਿਰ ਰਿਹਾ ਕੈਸਰ, ਉਸਨੇ ਪਤਾ ਨਹੀਂ ਸਸਤੇ ਸੇ ਲੀਏ ਹੈ, ਉਸਕੇ ਉੱਪਰ ਆਤਾ ਹੈ ਬੈਟਰੀ ਕਿਤਨੀ ਹੈ, ਚਾਰਜਿੰਗ ਹੋ ਰਿਹਾ ਹੈ ਨਹੀਂ ਹੋ ਰਿਹਾ ਹੈ ਵਗੈਰਾ ਵਗੈਰਾ, ਲਓ ਜੀ ਇਹ ਚੀਜ਼ ਹੈ ਜੀ, ਇੰਤਹਾਈ ਕੋਈ ਅਜੀਬ ਕਿਸਮ ਦੀ ਸ਼ੈ ਹੈ। ਯੇ ਜਨਾਬ ਏਅਰਬਰਡ ਹੈ ਔਰ ਯੇ ਚੀਜ਼ ਥੀ ਜਨਾਬ, ਬਸ ਜਨਾਬ ਦੁਪਹਿਰੇ ਪੈ ਸੀ ਸੁੱਤੇ ਅਤੇ ਸ਼ਾਹਦ ਬਾਈ ਦੇ ਜ਼ੁੰਮੇ ਲਗਾ ਕੇ ਆਇਆ ਸੀਗਾ ਮੈਂ, ਹਾਂ ਦੇਖਦਾ ਕਿ ਬਿਹਤਰੀਨ ਜੀ ਕਰਕੇ ਬਣਾ ਕੇ ਭੇਜ ਦੇਣਾ, ਠੱਡੀ ਮਸ਼ੀਨ ਚਲਾ ਕੇ ਸਕੂਨ ਨਾਲ ਪਏ ਸੀਗੇ, ਹੁਣ ਦੇਖ ਪਹੁੰਚ ਗਈ ਤੇਰੀ, ਹੁਣ ਇਹਨੂੰ ਅਨਲੋਡ ਕਰਦੇ ਹਾਂ ਪਹਿਲੇ, ਫਿਰ ਮੈਨੂੰ ਇਹ ਪਛਾਉਣੇ ਪੈਣੇ ਬੰਦੇ ਬੰਦੇ ਕੋਲ। ਗੁਜ਼ਰੇ ਦਿਨਾਂ ਦੀ ਤਰ੍ਹਾਂ ਅੱਜ ਦਾ ਦਿਨ ਵੀ ਤਕਰੀਬਨ ਗੁਜ਼ਰ ਹੀ ਗਿਆ, ਹੁੱਕ ਕੱਸਣ ਲੱਗਾ, ਖਲਾਰਾ ਚਲਾਰਾ ਜਿਹਾ ਪਾਇਆ ਸੀ, ਉਹ ਰੈਂਚ ਪਿਆ ਟਰੈਕਟਰ ਉੱਧਰ ਖੜਾ ਆ, ਹੁੱਕ ਕੱਸਣ ਲੱਗਾ, ਹੁਣ ਦੇਖਦਾ ਕਿੰਨੀ ਕੁ ਦੇਰ ਲੱਗਦੀ, ਗਰਮੀ ਅਸਲ ਦਿਨੇ ਵੀ ਬਹੁਤ ਹੁੰਦੀ ਅਤੇ ਇਸ ਟਾਈਮ ਵੀ ਹੁੰਦੀ ਤਾਂ ਗਰਮੀ ਆ, ਅਤੇ ਮਤਲਬ ਇੰਨਾ ਕੁ ਕੰਮ ਕਰਨ ਨੂੰ ਵੀ ਮਨ ਨਹੀਂ ਕਰਦਾ, ਲੇਕਿਨ ਹੁਣ ਖੈਰ ਸ਼ਾਮ ਥੋੜ੍ਹੀ ਜਿਹੀ ਹੋ ਗਈ ਸੀ, ਮੈਂ ਕਿਹਾ ਚਲੋ ਵਿਹਲੇ ਬੈਠੇ ਹਾਂ ਆਰੇ ਲੱਗ ਜਾਂਦੇ ਹਾਂ। ਹੁੱਕ ਕੱਸੀ ਜਾਂਦਾ ਸੀ, ਆਹ ਲਵਾਰਾ ਦਿਖਾਉਣਾ ਪੂਰਾ ਕੀਤਾ ਆਪਣੇ ਕੋਲੋਂ ਪਾਈਏ, ਕੋਈ ਨਹੀਂ ਜੇ ਕਿਸੇ ਜੀ ਇੱਧਰ ਹੀ ਸਾਈਡ ਤੋਂ ਪਿੰਨ ਪੈਂਦੀ ਹੈ ਅਤੇ ਇੱਧਰੋਂ ਇਹਦੇ ਕੋਈ ਨਹੀਂ ਜੇ ਪੈਣ ਦੀ, ਅਤੇ ਇਹ ਆਪੇ ਹੁਣ ਕੋਈ ਖਰਾਦੀ ਆ ਜਨਾਬ, ਇਹ ਸਰਾਹ ਬਰਾਬਰ ਕਰੇ ਜਾਂ ਕੋਈ ਬੂਸ ਫੇਰੇ ਜਾਂ ਜੋ ਵੀ ਕਰੇ, ਇਹਨੂੰ ਥੋੜ੍ਹਿਆਂ ਥਾੜਿਆਂ ਨਾ ਪਾਵੇ, ਮੇਰੇ ਕੋਲ ਤਾਂ ਇਹ ਕੋਈ ਨਹੀਂ ਜੇ ਸੈੱਟ ਬੈਠੀ ਕਿਤੇ ਪਾਸੇ, ਇਹ ਮੀਂਹ ਹੋਰਾਂ ਬਣਾਈ ਹੈ ਉਹ ਹੀ ਪਾ ਸਕਦੇ ਆ, ਇਹ ਸਾਡੇ ਕੋਈ ਨਹੀਂ ਜੇ ਫਿੱਟ ਹੁੰਦੀ ਪਈ।